ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਅੱਜ ਯੂਕਰੇਨ ਦੀ ਅਪਡੇਟ ਦੇ ਰਹੇ ਹਾਂ। ਅਤੇ ਆਹ ਦੇਖੋ, ਹੁਣ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਆਹ ਨਕਸ਼ਾ ਜਿਹੜਾ ਯੂਕਰੇਨ ਦਾ, ਆਹ ਜਿਹੜਾ ਹਰਾ ਸਾਰਾ ਯੂਕਰੇਨ ਆ, ਇੱਧਰ ਆ ਰਸ਼ੀਆ ਆ, ਅਤੇ ਇੱਧਰ ਪੋਲੈਂਡ ਅਤੇ ਹੋਰ ਦੇਸ਼ ਆ, ਹੰਗਰੀ, ਸਲੋਵੈਕੀਆ। ਹੁਣ ਸਵੇਰ ਤੋਂ ਲੱਗ ਕੇ ਸਾਡੀਆਂ ਟੀਮਾਂ ਇਸ ਵੇਲੇ ਪੋਲੈਂਡ ਬੋਰਡਰ 'ਤੇ ਪਹੁੰਚੀਆਂ ਆ, ਇੱਥੇ ਸਲੋਵੈਕੀਆ ਪਹੁੰਚੇ ਹੋ ਆ, ਹੰਗਰੀ ਪਹੁੰਚੇ ਹੋ ਆ, ਰੋਮੇਨੀਆ ਪਹੁੰਚੇ ਹੋ, ਅਤੇ ਸਾਡੀ ਥੀਮ ਮੋਲਡੋਵਾ ਵੀ ਹੈਗੀ। ਸੋ ਕਾਫੀ ਓਪਰੇਸ਼ਨ ਸਾਡੇ ਪੇਟ ਦੇ ਸ਼ੁਰੂ ਹੋਏ ਆ। ਬਹੁਤ ਖੋਲਾਂ ਆ ਰਹੀਆਂ ਆ ਕੀਵ ਤੋਂ ਅਤੇ ਖਾਰਕੀਵ ਤੋਂ। ਕੀਵ ਦੇ ਵਿੱਚ ਆਪਣੇ ਇੱਕ ਸਕੂਲ ਦੇ ਵਿੱਚ 300-400 ਬੱਚੇ ਹਾਲ ਤੱਕ ਵੀ ਟਰੈਪ 'ਤੇ ਆ। ਅੱਜ ਮੈਂ ਸਾਨੂੰ ਇੱਥੇ UK ਖਾਲਸਾ ਹੈੱਡ ਆਫਿਸ ਵਿੱਚ ਦੋ ਤਿੰਨ ਵਾਰੀ ਸਾਨੂੰ ਪਰਸਨਲੀ ਫੋਨ ਆਏ ਆ ਇੰਡੀਅਨ ਐਮਬਸੀ ਦੇ ਯੂਕਰੇਨ ਤੋਂ, ਅਤੇ ਸਾਡੀ ਗੱਲ UK ਜਿਹੜੀ ਇੰਡੀਅਨ ਐਮਬਸੀ ਪੋਲੈਂਡ ਉੱਤੇ ਵੀ ਹੋਈ ਸੀਗੀ। ਅਤੇ ਆਹ ਦੇਖੋ, ਪਹਿਲਾਂ ਤੁਹਾਨੂੰ ਦਿਖਾਉਣਾ, ਸਾਡੇ ਸਟਾਫ ਸੰਡੇ ਨੂੰ ਵੀ ਕੰਮ ਕਰ ਰਹੇ, ਇੱਥੇ ਆਪਣੀ ਫੈਮਿਲੀ ਲੈ ਕੇ ਨਾਲ ਆਏ ਹੋ ਆ। ਦੇਖੋ, ਨਾਲ ਨਿੱਕੇ ਵੀ ਆਇਓ, ਅਤੇ ਕਿਉਂਕਿ ਸੰਡੇ ਆਪਣਾ ਸਾਰਾ ਇਹ ਟਾਈਮ ਦੇ ਰਿਹਾ ਵੋਲੰਟਰੀ। ਸੋ ਇੱਦਾਂ ਵੀ ਇਸ ਕਮਰੇ 'ਚ ਹੀ ਸੀਗੇ, ਪਰ ਉਹ ਹੁਣ ਥੋੜ੍ਹੇ ਚੱਲ ਗਏ ਆ, ਅਤੇ ਬਾਕੀ ਦੋ ਤਿੰਨ ਬਾਹਰ ਦੇਸਾਂ ਪ੍ਰਦੇਸਾਂ ਚੱਲ ਗਏ। ਸੋ ਇੱਥੇ ਲਬੀਬ ਜਿਹੜਾ ਸ਼ਹਿਰ ਆ, ਅਸੀਂ ਦੋ ਤਿੰਨ ਦਿਨ ਇੱਥੋਂ ਦੇਖੇ ਨੌਜਵਾਨ ਕੁੜੀਆਂ ਮੁੰਡੇ, ਇੱਥੋਂ ਖਰਕੀਵ ਰਸ਼ੀਆ ਦੇ ਕੋਲ ਸ਼ਹਿਰ ਆ, ਉੱਥੋਂ ਗਏ ਟ੍ਰੇਨ ਫੜ ਕੇ ਗਾਹਾਂ ਤੱਕ ਲਬੀਬ ਜਿਹੜਾ ਹੈਗਾ ਬੋਰਡਰ ਪੋਲੈਂਡ 'ਤੇ। ਫਿਰ ਪੋਲੈਂਡ ਬੋਰਡਰ 'ਤੇ ਜਾ ਕੇ ਉਹ ਜਿਹੜੇ ਪੋਲਿਸ਼ ਜਿਹੜੇ ਆ, ਉਹ ਜਿਹੜੇ ਭਈ ਗਾਰਡ ਸੀਗੇ, ਉਹ ਸਾਡੇ ਕੁੜੀਆਂ ਮੁੰਡੇ ਨੂੰ ਅੰਦਰ ਨਹੀਂ ਜਾਣ ਦਿੰਦੇ ਸੀ ਪੋਲੈਂਡ ਦੇ ਵਿੱਚ। ਤੁਸੀਂ ਸੋਚੋ, ਆ ਲਬੀਬ ਦੇ ਵਿੱਚੋਂ ਅੱਧੇ ਥਾਂ 'ਤੇ ਟ੍ਰੇਨ ਟੈਕਸੀ ਫੜੀ ਆ, ਫਿਰ 30 ਕਿਲੋਮੀਟਰ ਸਾਰੀ ਰਾਤ ਕੱਲ੍ਹ ਇਹ ਤੁਰ ਕੇ ਪਹੁੰਚੇ ਆ ਪੋਲੈਂਡ ਦੇ ਬੋਰਡਰ 'ਤੇ। ਠੰਡ ਦੇ ਵਿੱਚ ਪਹੁੰਚੇ ਆ, ਪੈਰ ਵੀ ਫਟੇ ਇਹਨਾਂ ਦੇ, ਮਸੀ ਪਹੁੰਚੇ ਆ ਠੰਡ ਦੇ ਵਿੱਚ। ਅਤੇ ਕਈ ਵਾਰੀ ਆਪਣੀ ਉਹਨੇ ਰੋਕ ਕੇ, ਜਿੱਦਾਂ ਕਹਿ ਲਓ ਲੱਕੜ ਵੀ ਇੱਥੇ ਜਿੱਦਾਂ ਪਈ ਬੋਰਡਰ ਦੇ ਉੱਪਰ ਬਾਲੀ ਆ, ਗਰਮ ਗਰਮ ਜਿੱਦਾਂ ਪਈ, ਸੌਰੀ ਸਰਦੀ ਕਰਕੇ ਉਹ ਲੱਕੜ ਵੀ ਮੁੱਕ ਗਈ ਸੀਗੀ। ਫਿਰ ਕਹਿੰਦੇ ਵੀ ਬਹੁਤ ਸਰਦੀ ਲੱਗਣ ਲੱਗ ਪਈ, ਤਾਂ ਜਦੋਂ ਫਿਰ ਬੋਰਡਰ 'ਤੇ ਪਹੁੰਚੇ ਜਿਹੜੇ ਗਾਰਡ ਆ, ਉਹ ਕਹਿੰਦੇ ਨਹੀਂ ਤੁਸੀਂ ਆ ਨਹੀਂ ਸਕਦੇ, ਤੁਸੀਂ ਦੂਜੇ ਬੋਰਡਰ ਤੋਂ ਇੱਥੋਂ ਤੁਸੀਂ ਵਾਪਸ ਤਰੋ, ਜਾਂ ਇੱਧਰ ਆਓ ਰੋਮੇਨੀਆ ਵੱਲ, ਅਤੇ ਜਾਂ ਇੱਧਰ ਵਾਪਸ ਜਾਓ ਜਿੱਥੋਂ ਆਏ ਆ। ਸੋ ਬਹੁਤ ਤੰਗ ਕਰਦੇ ਸੀਗੇ ਇਹਨਾਂ ਕੁੜੀਆਂ ਮੁੰਡਿਆਂ ਨੂੰ। ਫਿਰ ਬਹੁਤ ਜ਼ੋਰ ਪਾਇਆ ਅਸੀਂ ਇੱਧਰ, ਆਪਣੇ ਇੰਟਰਨੈੱਟ ਵੀ ਪਾਇਆ, ਐਮਬਸੀਆਂ ਨੂੰ ਖੋਲ ਕੀਤੀ, ਇੰਡੀਅਨ ਐਮਬਸੀਆਂ ਨੂੰ, ਭਾਈ ਦੇਖੋ ਕੀ ਹੋ ਰਿਹਾ, ਤੁਸੀਂ ਹੁਣ ਕੱਢੋ, ਸਾਡੇ ਕੁੜੀਆਂ ਮੁੰਡੇ ਇੱਥੇ ਫਸੇ ਹੋ ਆ। ਤਾਂ ਕੁੜੀਆਂ ਫਿਰ ਨਿਕਲ ਗਈਆਂ ਸੀਗੀਆਂ ਪੋਲੈਂਡ ਨੂੰ, ਅਤੇ ਮੁੰਡੇ ਥੋੜ੍ਹੇ ਫਸ ਗਏ, ਥੋੜ੍ਹੇ ਨਿਕਲ ਗਏ। ਅਤੇ ਜਦੋਂ ਕੁੜੀਆਂ ਨਿਕਲੀਆਂ, ਥੋੜ੍ਹਾ ਚਿਰ ਹੀ ਹੋਇਆ, 2-3 ਘੰਟੇ, ਉਹਨਾਂ ਦੇ ਫੋਨ ਵੀ ਆਏ ਸੀਗੇ, ਬੜੇ ਖੁਸ਼ ਸੀਗੇ ਭਾਈ ਸਾਡੀ ਜਾਨ ਬਚ ਗਈ ਆ, ਭਾਈ ਥੈਂਕ ਯੂ ਤੁਸੀਂ ਸਾਨੂੰ ਜਿੱਦਾਂ ਇੱਥੋਂ ਲੱਗ ਕੇ 2-3 ਦਿਨ ਸਾਰ ਦਿੱਤੀ ਆ। ਅਤੇ ਅਸੀਂ ਹੈਗੇ ਥੈਂਕਫੁੱਲ, ਅਸੀਂ ਗ੍ਰੇਟਫੁੱਲ ਹਾਂ ਭਾਈ ਹਰਦੀਪ ਸਿੰਘ, ਧੰਨਵਾਦੀ ਉਹਨਾਂ ਦੇ ਜਿਨ੍ਹਾਂ ਨੇ ਇਹ ਕੁੜੀਆਂ ਮੁੰਡਿਆਂ ਦੇ ਹੱਥ ਫੜੇ ਆ। ਉਹਨਾਂ ਨੇ ਬਹੁਤ ਹੌਂਸਲਾ ਦਿੱਤਾ, ਇੱਕ ਸਾਈਡ ਦੇਸ਼ ਲੱਗ ਕੇ ਦੂਜੇ ਦੇਸ਼ ਤੱਕ ਉਹਨੇ ਬਹੁਤ ਹੀ ਹੌਂਸਲਾ ਦਿੱਤਾ ਹਰਦੀਪ ਸਿੰਘ ਹੋਣਾਂ ਨੇ, ਇੱਕ ਗਰੁੱਪ ਕੁੜੀਆਂ ਮੁੰਡਿਆਂ ਦਾ। ਸੋ ਉਹ ਕੁੜੀਆਂ ਹੁਣ ਇਸ ਵੇਲੇ ਬੱਸ ਜਾਂ ਟੈਕਸੀ ਫੜ ਕੇ ਜਾਊਗੀਆਂ ਇੱਧਰ ਨੂੰ, ਇੱਥੋਂ ਲੱਗ ਕੇ ਵੋਰਸੋ ਨੂੰ, ਇੱਧਰ ਗਾਹਾਂ ਚੱਕ ਕੇ ਵੋਰਸੋ ਪੈ ਜਾਂਦਾ। ਸੋ ਦੂਜੇ ਪਾਸੇ ਸਾਨੂੰ ਫੋਨ ਆ ਗਿਆ ਸੀਗਾ ਭਈ ਇੰਡੀਅਨ ਐਮਬੀ ਤੋਂ ਘੰਟਾ ਪਹਿਲਾਂ, ਭਈ ਅਸੀਂ ਸਾਨੂੰ ਖਾਣਾ ਦੇ ਦਿਓ, ਜਿਹੜੇ ਉੱਥੇ 300-400 ਸਟੂਡੈਂਟ ਆ, ਐਕਸਕਿਊਜ਼ ਮੀ। ਅਤੇ ਮੈਂ ਜਦੋਂ ਪੁੱਛਿਆ ਭਈ ਤੁਸੀਂ ਕਹਿੰਦੇ ਤੁਸੀਂ ਖਾਣਾ ਦੇ ਰਹੇ, ਕਹਿੰਦੇ ਅੱਜ ਬੋਰਨ ਕੀਤਾ ਸੀਗਾ, ਉਹਦੇ ਜਿਹੜੇ 300-400 ਸਟੂਡੈਂਟ ਆ ਇੰਡੀਅਨ, ਇੱਕ ਸਕੂਲ 'ਚ ਫਸੇ ਪਏ, ਉਹਨਾਂ ਨੂੰ ਬੋਰਨ ਕੀਤਾ ਭਈ ਤੁਹਾਨੂੰ ਅੱਜ ਬਹੁਤ ਔਖਾ ਸਮਾਂ ਹੋਣਾ ਤੁਹਾਨੂੰ ਤੁਹਾਡਾ ਨਿਕਲਣਾ, ਅੱਜ ਉਹ ਵਿਚਾਰਿਆਂ ਨੂੰ ਇੱਕ ਵਾਰੀ ਖਾਣਾ ਮਿਲਿਆ ਸਾਰੀ ਦਿਹਾੜੀ, ਹਾਲ ਤੱਕ ਵੀ ਉੱਥੇ ਕਰਫਿਊ ਲੱਗਾ ਆ। ਅਤੇ ਉਹ ਕਹਿੰਦੇ ਵੀ ਤੁਸੀਂ ਜੇ ਤੁਸੀਂ ਖਾਣਾ ਪਹੁੰਚਾ ਸਕਦੇ ਹਾਂ ਸਾਨੂੰ ਕੱਲ੍ਹ ਸਵੇਰ ਨੂੰ, ਅਤੇ ਅਸੀਂ ਫਿਰ ਜਿਹੜੀ ਐਮਬਸੀ ਆ, ਅਸੀਂ ਬੰਦੇ ਭੇਜ ਦੇਵਾਂਗੇ ਚੱਕਣ ਖਾਣਾ, ਕਿਉਂਕਿ ਕੱਲ੍ਹ ਨੂੰ 8 ਵਜੇ ਕਰਫਿਊ ਮੁੱਕ ਜਾਣਾ। ਪਰ ਜਦੋਂ ਅਸੀਂ ਆਪਣੇ ਸਪਲਾਇਰ ਨਾਲ ਗੱਲ ਕੀਤੀ, ਉੱਥੇ ਹੋਰ ਵੀ ਲੱਭੇ ਸਪਲਾਇਰ ਖਾਣੇ ਦੇ ਅਤੇ ਖਾਣ ਪੀਣ ਦੇ ਅਤੇ ਪਾਣੀ ਪੂਣੀ ਲਈ, ਉਹ ਕਹਿੰਦੇ ਸਾਡੇ ਕੋਲ ਸਮਾਨ ਮੁੱਕ ਗਿਆ। ਸੋ ਹੁਣ ਅਸੀਂ ਟਰਾਈ ਕਰਦੇ ਭਈ ਕਿੱਥੋਂ ਅਸੀਂ ਇਹ ਖਾਣਾ ਲਿਆ ਸਕਦੇ ਨੌਜਵਾਨਾਂ ਲਈ, ਕੁੜੀ ਮੁੰਡੇ ਜਿਹੜੇ ਫਸੇ ਆ।
ਬਸ ਬਹੁਤ ਔਖਾ ਸਮਾਂ ਉਹ ਕੱਢ ਰਹੇ ਆ ਇਸ ਵੇਲੇ ਖਾਣੀ ਤੋਂ ਬਗੈਰ। ਤਾਂ ਜਿਹੜੇ ਤੁਹਾਨੂੰ ਦਿਖਾਉਂਦਾ ਜਿਹੜੇ ਇੱਥੇ ਫਸੇ ਹੋ ਆ ਖਰਕੀਵ ਦੇ ਵਿੱਚ, ਖਰਕੀਵ ਦੇ ਵਿੱਚ ਇੱਥੇ ਉਹਨਾਂ ਨੂੰ ਕਿਹਾ ਗਿਆ ਆ ਭਈ ਸਵੇਰੇ ਮੇਰੀ ਜਦੋਂ ਮੈਨੂੰ ਗੱਲ ਹੋਈ ਸੀ ਮੇਰੀ ਇੱਥੇ ਇੰਡੀਅਨ ਐਮਸੀ ਨਾਲ, ਉਹ ਕਹਿੰਦੇ ਤੁਸੀਂ ਇੱਥੇ ਜਿੱਥੇ ਵੀ ਹੈਗੇ ਆ ਬਾਂਕਰ ਦੇ ਵਿੱਚ ਉੱਥੇ ਰਹੋ, ਇੱਥੇ ਕਾਫੀ ਜਿੱਦਾਂ ਭਈ ਜੰਗ ਲੱਗਾ ਆ ਅਤੇ ਤੁਸੀਂ ਬਾਹਰ ਨਾ ਜਾਓ ਅਤੇ ਜਦ ਤੱਕ ਤੁਹਾਨੂੰ ਉਹ ਖਬਰ ਨਹੀਂ ਦਿੰਦੇ। ਫਿਰ ਸਾਡੀ ਮੀਟਿੰਗ ਹੋਈ ਆ ਇੱਥੇ ਇੱਕ ਗਰੁੱਪ ਨਾਲ ਪੋਲੈਂਡ ਦੇ ਵਿੱਚ, ਅਤੇ ਉਹ ਕਹਿੰਦੇ ਹਾਂ ਸਾਡੇ ਸਾਡੇ ਕੰਟੈਕਟ ਹੈਗੇ ਆ ਯੂਕਰੇਨ ਵਿੱਚ, ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਉੱਥੋਂ ਕੱਢਣ ਦੀ, ਪਰ ਅੱਜ ਅਸੀਂ ਸਾਡੇ ਬਾਹਰ ਹਾਂ, ਸਾਡੀ ਟੀਮ ਕੱਲ੍ਹ ਨੂੰ ਆਊਗੀ ਅਤੇ ਕੱਲ੍ਹ ਨੂੰ ਤੁਹਾਡੇ ਨਾਲ ਗੱਲ ਕਰਦੇ ਹਾਂ ਬਹਿ ਕੇ ਭਈ ਕਿੱਦਾਂ। ਅਸੀਂ ਬਹੁਤ ਜ਼ੋਰ ਲਾਇਆ ਹੈ ਇੱਥੋਂ ਖਾਲਸਾ ਏਡ ਤੋਂ, ਇਹ ਨਹੀਂ ਵੀ ਅਸੀਂ ਸਾਰਾ ਕੁਛ ਕਰ ਸਕਦੇ, ਨਹੀਂ ਅਸੀਂ ਸ਼ਾਇਦ ਨਹੀਂ ਕੁਛ ਕਰ ਸਕਦੇ, ਪਰ ਅਸੀਂ ਇੱਥੇ ਹੈਗੇ ਹਾਂ। ਸਾਨੂੰ ਪਿੰਨੀਆਂ ਪੰਨੀ ਕਿੰਨੀਆਂ ਖੋਲਾਂ ਆ ਰਹੀਆਂ, ਤੁਹਾਨੂੰ ਰੈਕੋਰਡ ਦਿਖਾ ਲਾਂਗੇ ਇੱਕ ਦੋ ਦਿਨ 'ਚ ਕਿੰਨੀਆਂ ਖੋਲਾਂ ਆਈਆਂ, ਬਸ ਘੜੀ ਘੜੀ ਖੋਲਾਂ ਆ ਰਹੀਆਂ ਭਾਈ ਸਾਡੇ ਬੱਚੇ ਫਸੇ ਜਾਂ ਬੱਚੇ ਸਾਨੂੰ ਖੋਲਾਂ ਕਰ ਰਹੇ ਆ। ਇੱਕ ਤਰ੍ਹਾਂ ਦਾ ਹੌਸਲਾ ਬਣ ਜਾਂਦਾ ਉੱਥੇ ਭਾਈ ਤੁਹਾਡਾ ਕੋਈ ਹੈਗਾ ਆ। ਸੋ ਅਸੀਂ ਨਹੀਂ ਕਹਿੰਦੇ ਵੀ ਨਾ ਕੋਈ, ਅਸੀਂ ਅਪੀਲ ਕੀਤੀ ਆ ਕਿਉਂਕਿ ਅਸੀਂ ਦੇਖ ਰਹੇ ਹਾਂ ਪਰ ਪੰਜਾਂ ਦੇਸ਼ਾਂ ਦੇ ਜਿਹੜੇ ਬੋਰਡਰ ਦੇ ਵਿੱਚ ਵੀ, ਤੁਹਾਨੂੰ ਮੈਂ ਦਿਖਾਲਦਾ ਇੱਕ ਆਹ ਹੈਗਾ ਆ ਕਿੱਥੇ ਗਿਆ ਇੱਥੇ ਸ਼ਹਿਰ ਤੁਹਾਨੂੰ ਦਿਖਾਲਦਾ ਸ਼ਹਿਰ ਤੁਹਾਨੂੰ ਮੈਂ ਅਦੈਸਾ ਇੱਥੋਂ ਤੁਰੇ ਹੋ ਆ ਆਪਣੇ ਕਾਫੀ ਸੰਗਤ, ਉਹ ਸਾਨੂੰ ਤੁਰਨ ਤੋਂ ਪਹਿਲਾਂ ਮੈਸੇਜ ਆ ਗਿਆ ਸੀਗਾ ਵੀ ਇੱਥੋਂ ਤੁਰ ਕੇ ਇਹਨੀ ਇੱਧਰ ਨੂੰ ਜਾਣਾ ਇੱਥੋਂ ਬੁਕਰੈਸਟ ਵੱਲੋਂ। ਸੋ ਸਾਡੀਆਂ ਟੀਮਾਂ ਹੁਣ ਇਸ ਵੇਲੇ ਵੀਏਨਾ ਤੋਂ ਜਿਹੜੀ ਸਾਡੀਆਂ ਟੀਮਾਂ ਆ ਚੜ੍ਹਦੀ ਕਲਾ ਸੇਵਾਦਾਰ ਉਹ ਇੱਧਰ ਨੂੰ ਤੁਰੇ ਹੋ ਆ, ਉਹਨੇ ਇੱਧਰ ਨੂੰ ਮਿਲਣਾ ਆ ਆ ਕੇ ਅਤੇ ਬੋਰਡਰ 'ਤੇ, ਅਤੇ ਖਾਣ ਪੀਣ ਦਾ ਹੋਰ ਵੀ ਸੰਬੰਧ ਕਰਾਂਗੇ ਇੱਥੇ, ਉਹ ਕੋਸ਼ਿਸ਼ ਕਰਾਂਗੇ ਟਾਈਮ ਸਿਰ ਮਿਲ ਸਕਦੇ ਕਿ ਨਹੀਂ, ਕਿਉਂਕਿ ਦੋਨੇ ਪਾਸਿਓਂ ਇੱਧਰ ਤੁਰੇ ਹੋ ਆ, ਸਾਡੀਆਂ ਟੀਮਾਂ ਇੱਧਰੋਂ ਤੁਰੀਆਂ ਯੂਰਪ ਤੋਂ ਕਾਫੀ ਦੂਰ ਆ। ਸੋ ਕਿੰਨੀਆਂ ਚੀਜ਼ਾਂ ਕਿੰਨੀਆਂ ਅਪਡੇਟਸ ਆ, ਪਰ ਅਸੀਂ ਵੀ ਇੱਕ ਹੀ ਸੰਸਥਾ ਆ, ਅਸੀਂ ਕੋਸ਼ਿਸ਼ ਕਰ ਰਹੇ ਭਈ ਤੁਹਾਨੂੰ ਅਸੀਂ ਥੋੜ੍ਹੀ ਜਿਹੀ ਗਾਰੰਟੀ ਤਸੱਲੀ ਦੇ ਦਈਏ ਭਈ ਤੁਸੀਂ ਇਕੱਲੇ ਨਹੀਂ ਗਏ। ਸੋ ਕੰਮ ਬਹੁਤ ਚੱਲ ਰਿਹਾ, ਬਹੁਤ ਔਖਾ ਵੀ ਆ, ਔਖਾ ਵੀ ਕੰਮ ਆ। ਤਾਂ ਜੇ ਸਾਡੀਆਂ ਸੰਸਥਾ ਕੋਈ ਉੱਥੇ ਕੋਈ ਹੈਗੀਆਂ ਯੂਕਰੇਨ ਵਿੱਚ ਭਾਈ, ਉਹਨਾਂ ਨੂੰ ਅਸੀਂ ਸਾਰਿਆਂ ਨੂੰ ਕੋਂਟੈਕਟ ਕਰ ਰਹੇ ਹਾਂ ਭਾਈ ਤੁਸੀਂ ਸਾਨੂੰ ਦੱਸੋ ਅਸੀਂ ਕਿੱਦਾਂ ਤੁਹਾਡੇ ਨਾਲ ਹੱਥ ਜੋੜ ਕੇ ਮੋਢਾ ਜੋੜ ਕੇ ਜਿੱਦਾਂ ਭਾਈ ਹੈਲਪ ਕਰ ਸਕਦੇ ਹਾਂ, ਕਿਉਂਕਿ ਅਸੀਂ ਚਾਹੁੰਦੇ ਭਾਈ ਅਸੀਂ ਜਿਹੜੇ ਸਾਡੇ ਸਟੂਡੈਂਟਸ ਆ ਉੱਥੇ ਫਸੇ ਪਏ ਆ ਜਿਹੜੇ ਇੰਡੀਅਨ ਸਟੂਡੈਂਟਸ ਆ ਉਹਨਾਂ ਨੂੰ ਕਿੱਦਾਂ ਬਾਹਰ ਕੱਢਣਾ। ਸੋ ਜਿਹੜੀ ਹੋਰ ਵੀ ਇੱਕ ਦੋ ਜਿਹੜੀਆਂ ਅਪਡੇਟ ਆ ਸਾਡੇ ਪ੍ਰੋਜੈਕਟ ਦੀਆਂ ਉਹ ਮੈਂ ਵੇਟ ਕਰਦਾ। ਮੈਂ ਪਹਿਲਾਂ ਕਹਿਣਾ ਚਾਹੁੰਦਾ ਭਾਈ ਥੈਂਕ ਯੂ ਜਿਹੜੇ ਸਿੰਘ ਸਭਾ ਗੁਰਦੁਆਰਾ ਵੋਰਸੋ ਪੋਲੈਂਡ ਦੇ ਵਿੱਚ ਜਿਹੜੀ ਸੰਗਤ ਅਤੇ ਕਮੇਟੀ ਨੇ ਲੰਗਰ ਲਾਇਆ ਆ ਜਿਹਨਾਂ ਲਈ ਜਿਹੜੇ ਭਾਈ ਯੂਕਰੇਨ ਤੋਂ ਆ ਰਹੇ ਆ, ਉਹ ਬਹੁਤ ਵਧੀਆ ਆ ਅਤੇ ਪਰ ਹੈਗੇ ਕਾਫੀ ਦੂਰ ਉਹ ਬੋਰਡਰ ਤੋਂ, ਪਰ ਉੱਥੋਂ ਬੱਸਾਂ ਜਾਂਦੀਆਂ ਬੋਰਡਰ ਤੋਂ, ਅਤੇ ਜਦੋਂ ਬੱਸਾਂ ਜਾਂਦੀਆਂ ਉਹ ਸਾਰਾ ਅਰੇਂਜ ਕਰਦੇ ਆ ਲੰਗਰ ਵੀ ਰਹਿਣ ਦਾ ਵੀ ਅਤੇ ਹੋਰ ਕਾਫੀ ਇੰਤਜ਼ਾਮ ਉਹਨਾਂ ਦਾ ਉੱਥੇ ਹੈਗਾ। ਸੋ ਥੈਂਕ ਯੂ, ਸਾਰਾ ਰਲ ਮਿਲ ਕੇ ਹੋਣਾ, ਇਹ ਇਕੱਲਾ ਕੋਈ ਕਰ ਨਹੀਂ ਸਕਦਾ, ਬਹੁਤ ਔਖਾ ਸਮਾਂ ਆ। ਤੁਸੀਂ ਇਹਨਾਂ ਲਈ ਅਰਦਾਸਾਂ ਕਰੋ ਜਿਹੜੇ ਵਿਚਾਰੇ ਬੱਚੇ ਇਸ ਵੇਲੇ ਆ ਜਿਹੜੇ ਸਾਰੇ ਇੱਥੇ ਜੰਗ 'ਚ ਫਸੇ ਹੋ ਆ ਯੂਕਰੇਨ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ, ਬਾਹਰ ਨਹੀਂ ਨਿਕਲ ਸਕਦੇ, ਨਾ ਪਤਾ ਪਈ ਖਾਣ ਪੀਣ ਦਾ ਕੀ ਸੰਬੰਧ ਹੋਊਗਾ। ਕਈਆਂ ਕੋਲ ਹੈਗਾ ਇਸ ਵੇਲੇ, ਪਰ ਕਈ ਮੈਂ ਤੁਹਾਨੂੰ ਇਹ ਵੀ ਤਸੱਲੀ ਦੇਣਾ ਚਾਹੁੰਦਾ, ਕਈ ਗੋਰਿਆਂ ਦੀਆਂ ਜਥੇਬੰਦੀਆਂ ਜਿਹੜੀਆਂ ਇੱਥੇ ਯੂਕਰੇਨ ਵਿੱਚ ਆ ਬਾਹਰ ਵੀ ਆ ਉਹ ਕਾਫੀ ਸੇਵਾ ਕਰ ਰਹੀਆਂ ਆ, ਉਹਨਾਂ ਕੋਲ ਘੱਟ ਸਮਾਨ ਆ। ਹੁਣ ਜਿੱਦਾਂ ਪੋਲੈਂਡ ਸਾਨੂੰ ਰਿਕੁਐਸਟ ਆਈ ਸੀਗੀ ਭਈ ਅਸੀਂ ਖਾਣਾ ਪੀਣਾ ਭੇਜਣਾ ਚਾਹੁੰਦੇ ਹਾਂ ਯੂਕਰੇਨ ਵਿੱਚ, ਸਾਡੇ ਕੋਂਟੈਕਟ ਹੈਗੇ ਨੈਟਵਰਕ ਹੈਗਾ, ਉਹ ਗੋਰਿਆਂ ਦੀ ਜਥੇਬੰਦੀਆਂ ਸੀਗਾ ਬਹੁਤ ਵਧੀਆ ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਪਰ ਸਾਡਾ ਇਹੀ ਇੱਕ ਆ ਭਈ ਤੁਸੀਂ ਜਿੱਦਾਂ ਜਿਹੜੇ ਸ਼ਹਿਰਾਂ 'ਚ ਆਪਣੇ ਸਟੂਡੈਂਟ ਫਸੇ ਹੋ ਆ ਤੁਸੀਂ ਉੱਥੇ ਵੀ ਇਹ ਲੈ ਕੇ ਜਾਣਾ ਖਾਣਾ ਜੇ ਅਸੀਂ ਪ੍ਰੋਵਾਈਡ ਕੀਤਾ, ਅਤੇ ਨਾਲ ਨਾਲ ਜਿੱਥੇ ਮਰਜ਼ੀ ਹੋਰ ਵੀ ਜਿਹੜੇ ਫਸੇ ਪਏ ਵਿਚਾਰੇ ਬੱਚੇ ਬੀਬੀਆਂ, ਕੋਈ ਸਾਨੂੰ ਤਾਂ ਧਰਮ ਦਾ ਸਾਨੂੰ ਕੋਈ ਇਹ ਨਹੀਂ ਭਈ ਪਤਾ ਭਈ ਕਿਸੇ ਨੂੰ ਨਫ਼ਰਤ ਕਰਨੀ ਆ, ਅਸੀਂ ਸਾਰਿਆਂ ਦੀ ਮਦਦ ਕਰਾਂਗੇ। ਹੁਣ ਜਿਹੜੇ ਭਈ ਦੇਸ਼ਾਂ ਪ੍ਰਦੇਸ਼ਾਂ 'ਚ ਕ੍ਰੋਸ ਕਰ ਰਹੇ ਆ ਇਹਦੇ ਵਿੱਚੋਂ ਬਹੁਤ ਯੂਕਰੇਨੀਅਨ ਆ, ਅਸੀਂ ਬਰਾਬਰਤਾ ਵੀ ਉਹਨਾਂ ਦੀ ਮਦਦ ਕਰ ਰਹੇ ਹਾਂ, ਪਰ ਅਸੀਂ ਜਿਹੜੇ ਭਈ ਸਟੂਡੈਂਟਸ ਦੀ ਮਦਦ ਕਰ ਰਹੇ ਹਾਂ ਕਿਉਂਕਿ ਸਾਨੂੰ ਫੋਨ ਕੋਲ ਬਹੁਤ ਆ ਰਹੇ ਆ, ਪੰਜਾਬ ਤੋਂ ਆ ਰਹੇ, ਇੰਡੀਆ ਤੋਂ ਆ ਰਹੇ ਭਈ ਸਾਡੇ ਬੱਚੇ ਦਾ ਕੁਛ ਕਰੋ। ਸੋ ਉਹ ਵੀ ਸਾਨੂੰ ਵੀ ਦੁੱਖ ਆ। ਸੋ ਸਾਡਾ ਸਾਰੇ ਪਾਸੇ ਸੇਵਾ ਚੱਲ ਰਹੀ ਆ, ਇਹ ਨਹੀਂ ਵੀ ਬਸ ਇੱਕ ਪਾਸੇ, ਬਸ ਤੁਸੀਂ ਅਰਦਾਸਾਂ 'ਚ ਰੱਖੋ ਇਹਨਾਂ ਬੱਚਿਆਂ ਨੂੰ। ਇਹ ਮੈਂ ਮੁੜ ਕੇ ਫਿਰ ਕਹਿੰਦਾ ਸਾਡੀ ਕੋਈ ਅਪੀਲ ਹੈ ਨਹੀਂ ਇਸ ਵੇਲੇ, ਅਸੀਂ ਪਹਿਲਾਂ ਦੇਖ ਰਹੇ ਕੀ ਕਰਨਾ। ਆ ਚੱਲੇ ਹੁਣ ਸਾਰੀ ਦਿਹਾੜੀ ਆਪਣਾ ਇੱਥੇ ਟਾਈਮ ਕੱਢ ਕੇ ਆਏ, ਅਤੇ ਗੁਰਵੀਰ ਇੱਥੇ ਕੰਮ ਕਰਦੀ ਉਹਦਾ ਮੰਡੇ ਟੂ ਫਰਾਈਡੇ,
ਅੱਜ ਆਪਣੀ ਨਿੱਕੀ ਨੂੰ ਨਾਲ ਲੈ ਕੇ ਆਈ ਆ ਕਿਉਂਕਿ ਇੱਥੇ ਕਾਫੀ ਕੰਮ ਵੱਧ ਗਿਆ ਸੀਗਾ ਥੈਂਕ ਯੂ ਗੁਰਵੀਰ ਥੈਂਕ ਯੂ ਯੂ ਕੈਨ ਸੇ ਬਾਏ ਯਾ ਬ੍ਰਿਲੀਅੰਟ ਆਲ ਟਾਕ ਟੂ ਯੂ ਸੂਨ ਸੇ ਬਾਏ ਥੈਂਕ ਯੂ ਫੋਰ ਹੈਲਪਿੰਗ ਟੂਡੇ ਅੱਜ ਸਾਰੇ ਇੱਥੇ ਹੈਲਪ ਕਰਨ ਆਏ ਸੀ ਅੱਜ ਸੋ ਸਾਰੇ ਲੱਗੇ ਹੋ ਸੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਸ ਜੋ ਕੋਈ ਹੋਰ ਅਪਡੇਟ ਆਈ ਆ ਰਾਤੋ ਰਾਤ ਦਿਨ ਦਿਹਾੜੀ ਮੈਂ ਆਪਣੇ ਪੇਜ 'ਤੇ ਵੀ ਅਪਡੇਟ ਕਰ ਦੂੰਗਾ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ